ਹੈਲੋ ਸਟੂਡੈਂਟਸ ਵੈਲਕਮ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਇਸ ਆਪਣੇ ਚੈਨਲ ਸਟੱਡੀ ਪੁਆਇੰਟ 44 ਦੇ ਵਿੱਚੋਂ ਹਾਂਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਮਾਸਟਰ ਕੈਡਰ ਐਸਐਸਟੀ ਦਾ ਜਿਹੜਾ ਐਗਜ਼ਾਮ ਹੋਇਆ ਸੀਗਾ ਤਾਂ ਉਹਦੇ ਵਿੱਚ ਹਿਸਟਰੀ ਸਬਜੈਕਟ ਦੀ ਜਿਹੜੀ ਆਨਸਰ ਕੀ ਹੈ ਉਹ ਆਪਾਂ ਡਿਸਕਸ ਕਰਾਂਗੇ ਵੈਸੇ ਪਹਿਲਾਂ ਮੈਂ ਵੀ ਇੱਕ ਵੀਡੀਓ ਅਪਲੋਡ ਕੀਤੀ ਸੀਗੀ ਬਟ ਉਹਦੇ ਵਿੱਚ ਕੁਝ ਕੋਸ਼ਨਾ ਜਿਹੜੇ ਆਨਸਰ ਸਨ ਉਹ ਨਹੀਂ ਦੱਸੇ ਗਏ ਸੀ ਬਟ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਕੋਸ਼ਨਾ ਦੇ ਜਿਹੜੇ ਆਨਸਰ ਹਨ ਬਿਲਕੁਲ ਸਹੀ ਦੱਸੇ ਜਾਣਗੇ ਸੋ ਆਨਸਰ ਕੀ ਮਿਲਾ ਕੇ ਤੁਸੀਂ ਆਪਣੇ ਮਾਰਕਸ ਜਿਹੜੇ ਹਨ ਉਹ ਚੈੱਕ ਕਰ ਸਕਦੇ ਹੋ ਸੋ ਵੀਡੀਓ ਤੁਸੀਂ ਲਾਸਟ ਤੱਕ ਦੇਖਣਾ ਬਾਕੀ ਜਿਹੜੇ ਸਟੂਡੈਂਟ ਨਵੇਂ ਹਨ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਹੀ ਬੈਲ ਆਈਕਨ ਤੇ ਪ੍ਰੈਸ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਹਰੇਕ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਐਂਡ ਜਿਹੜਾ ਪੇਪਰ ਹੈ ਮੇਰੇ ਕੋਲ ਇਹ ਸੈੱਟ ਸੀ ਰਹੇਗਾ ਠੀਕ ਹੈ ਬਾਕੀ ਤੁਸੀਂ ਮਿਲਾ ਕੇ ਦੇਖ ਸਕਦੇ ਹੋ ਤਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਆਂ ਤਾਲਾ ਕੁਸ਼ਨ ਸੀਗਾ ਪਹਿਲੀ ਬੋਧ ਸਭਾ ਕਿਸ ਸਥਾਨ ਤੇ ਹੋਈ ਸੀ ਤਾਂ ਇਹਦਾ ਸਹੀ ਆਨਸਰ ਬਣਦਾ ਸੀ ਰਾਜਗੜ੍ਹ ਬੀ ਬਿਲਕੁਲ ਸਹੀ ਆਨਸਰ ਬਣਦਾ ਸੀ ਨੈਕਸਟ ਦਾਨਿਸ਼ ਕੰਪਨੀ ਨੇ ਪਹਿਲਾ ਵਪਾਰ ਕੇਂਦਰ ਦੀ ਸਥਾਪਨਾ ਕਿੱਥੇ ਕੀਤੀ ਸੀ ਤਾਂ ਇਹ ਕੀਤੀ ਸੀ ਟਰਾਂਕਿਊਬਾਰ ਦੇ ਵਿੱਚ ਡੀ ਬਿਲਕੁਲ ਸਹੀ ਆਨਸਰ ਬਣਦਾ ਸੀ ਨੈਕਸਟ ਸ਼ਿਵਾਜੀ ਦੀ ਜਿਹੜੀ ਤਾਜ ਪੋਛੀ ਹੈ ਇਹ ਹੁੰਦੀ ਹੈ 1674 ਦੇ ਵਿੱਚ ਸੀ ਬਿਲਕੁਲ ਸਹੀ ਆਨਸਰ ਬਣਦਾ ਹੈ ਥਰਡ ਕੁਸ਼ਨ ਦਾ ਗੁੱਲਾ ਬਖਸ਼ੀ ਮੁਗਲਾਂ ਦੇ ਅਧੀਨ ਜ਼ਮੀਨੀ ਪ੍ਰਣਾਲੀ ਡੈਸ਼ ਵਿੱਚ ਲਾਗੂ ਕੀਤੀ ਗਈ ਸੀ ਇਹ ਕੀਤੀ ਸੀ ਕਸ਼ਮੀਰ ਦੇ ਵਿੱਚ ਬੀ ਬਿਲਕੁਲ ਸਹੀ ਆਨਸਰ ਬੰਦਾ ਸੀਗਾ 4 ਨੰਬਰ ਕੁਐਸਚਨ ਦਾ ਆਨਸਰ ਬੀ ਕਿਹੜੇ ਸ਼ਾਸਕ ਦੇ ਸ਼ਾਸਨ ਦੌਰਾਨ ਇਬਨ ਬਤੂਤਾ ਆਪਾਰਤ ਆਇਆ ਸੀਗਾ ਬਹੁਤ ਸਿੰਪਲ ਕੁਐਸਚਨ ਸੀ ਤਾਂ ਆਨਸਰ ਬੰਦਾ ਸੀਗਾ ਆਪਸ਼ਨ ਨੰਬਰ ਬੀ ਯਾਨੀ ਕਿ ਮੁਹੰਮਦ ਬਿਨ ਤੁਗਲਕ ਬੀ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਚੰਦੂ ਸ਼ਾਹ ਕੌਣ ਸੀਗਾ ਚੰਦੂ ਸ਼ਾਹ ਤਾਂ ਚੰਦੂ ਸ਼ਾਹ ਜਿਹੜਾ ਸੀਗਾ ਉਹ ਸੀਗਾ ਲਾਹੌਰ ਦਾ ਰਾਜਪਾਲ ਏ ਬਿਲਕੁਲ ਸਹੀ ਆਨਸਰ ਬੰਦਾ ਸੀ ਕਿਸ ਸੰਧੀ ਨੇ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਬੁਲਗਾਰੀਆਂ ਦੀਆਂ ਫਰੰਟੀਅਰਜ਼ ਨੂੰ ਕਟਿਆ ਸੀ ਤਾਂ ਇਹ ਸੰਧੀ ਸੀਗੀ ਨੀਲੀ ਦੀ ਸੰਧੀ ਬੀ ਬਿਲਕੁਲ ਸਹੀ ਆਨਸਰ ਬੰਦਾ ਹੈ ਆਪਸ਼ਨ ਨੰਬਰ ਬੀ ਬੌਧੀ ਕਾਉਂਸਲ ਦੀ ਚੌਥੀ ਰਾਸ਼ਟਰਪਤੀ ਕੌਣ ਸੀ ਤਾਂ ਆਨਸਰ ਬਣੇਗਾ ਵਾਸੂ ਮਿੱਤਰ ਏ ਬਿਲਕੁਲ ਸਹੀ ਆਨਸਰ ਬੰਦਾ ਹੈ ਆਪਸ਼ਨ ਨੰਬਰ ਏ ਵਾਸੂ ਮਿੱਤਰ ਸਥਾਨਕ ਸਵੈ ਸਰਕਾਰ ਦਾ ਪਿਤਾਮਾ ਕਿਹਾ ਜਾਂਦਾ ਲਾਰਡ ਰਿਪਨੂ ਏ ਬਿਲਕੁਲ ਸਹੀ ਆਨਸਰ ਬਣੇਗਾ ਕਤੂਬਦੀਨ ਐਬਕ ਤੋਂ ਬਾਅਦ ਕੌਣ ਆਇਆ ਸੀਗਾ ਤਾਂ ਆਰਾਮ ਸ਼ਾਹ ਆਇਆ ਸੀ ਟੀ ਬਿਲਕੁਲ ਸਹੀ ਆਨਸਰ ਬਣੇਗਾ ਕਿਸ ਐਕਟਰੇ ਚੀਨ ਨਾਲ ਵਪਾਰ ਅਤੇ ਕੰਪਨੀ ਦੀ ਚਾਹ ਵਪਾਰ ਵਿੱਚ ਇਕਾਧਿਕਾਰ ਨੂੰ ਖਤਮ ਕਰਕੇ ਪਾਰਤ ਵਿੱਚ ਸੁਤੰਤਰ ਵਪਾਰ ਦੀ ਸ਼ੁਰੂਆਤ ਕੀਤੀ ਸੀ ਤਾਂ ਆਨਸਰ ਬਣੇਗਾ 1833 ਐਕਟ B ਬਿਲਕੁਲ ਸਹੀ ਆਨਸਰ ਬਣੇਗਾ ਵੈਦਿਕ ਸਮੇਂ ਦੌਰਾਨ ਆਰੀਆ ਕਬੀਲਿਆਂ ਨੂੰ ਡੈਸ਼ ਵਿੱਚ ਸੰਗਠਿਤ ਕੀਤਾ ਜਾਂਦਾ ਸੀ ਤਾਂ ਆਨਸਰ ਬਣੇਗਾ ਵਿਸ਼ ਏ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ A ਵਿਸ਼ ਨੈਕਸਟ ਐਮਟਿਆ ਅਦੋਲਨ ਦੇ ਸਥਾਪਕ ਕਿਸ ਹਨ ਮਿਰਜ਼ਾ ਗੁਲਾਮ ਅਹਿਮਦ ਏ ਬਿਲਕੁਲ ਸਹੀ ਆਨਸਰ ਬਣੇਗਾ ਇਸ ਸਾਲ ਆਸਟਰੀਆ ਦੇ ਬੋਸਾਨੀਆ ਤੇ ਹਰਜੇ ਗੋਬੀਨਾ ਨੂੰ ਮਿਲਾਇਆ ਸੀ ਤਾਂ ਆਨਸਰ ਬਣੇਗਾ 1908 ਦੇ ਵਿੱਚ ਡੀ ਬਿਲਕੁਲ ਸਹੀ ਆਨਸਰ ਬਣੇਗਾ ਡੋਰੀ ਪ੍ਰਣਾਲੀ ਦੀ ਸਥਾਪਨਾ ਕੀਤੀ ਸੀ ਲਾਰਡ ਕਲਾਈਵ ਨੇ ਬਟ ਇਸ ਨੂੰ ਖਤਮ ਕੀਤਾ ਸੀ ਵਾਰਨ ਹੈਸਟਿੰਗਸ ਨੇ ਏ ਬਿਲਕੁਲ ਸਹੀ ਆਨਸਰ ਬਣੇਗਾ ਆਦਿਲਾਬਾਦਾ ਕਿਲਾ ਜਿਹੜਾ ਹੈ ਇਹ ਕਿਸ ਨੇ ਬਣਾਇਆ ਸੀ ਇਹ ਬਣਾਇਆ ਸੀ ਮੁਹੰਮਦ ਬਿਨ ਤੁਗਲਕ ਨੇ ਇਹ ਬਿਲਕੁਲ ਸਹੀ ਆਨਸਰ ਬਣੇਗਾ ਸ਼ੇਰ ਸ਼ਾ ਸੂਰੀ ਦਾ ਕਬਰ ਕਿੱਥੇ ਹੈ ਸਾਸਾਰਾਮ ਦੇ ਵਿਹਾਰ ਦੇ ਵਿੱਚ ਹੈ ਬੀ ਬਿਲਕੁਲ ਸਹੀ ਆਨਸਰ ਬਣੇਗਾ ਮਹਾਰਾਜਾ ਜੀ ਸਿੰਘ ਕਿਹੜੇ ਮਿਸਲ ਸਮ ਸੰਸਨ ਤਾਂ ਆਨਸਰ ਬਣੇਗਾ ਸ਼ੁਕਰ ਚੱਕੀਆ ਮਿਸਲ ਡੀ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਆਪਣਾ ਕੁਐਸਚਨ ਹੈ ਆਇਨੇ ਅਕਬਰੀ ਕਿਸ ਨੇ ਲਿਖੀਆ ਆਬਲੂ ਫਜ਼ਲ ਲਿਖੀਆ ਬੀ ਬਿਲਕੁਲ ਸਹੀ ਆਨਸਰ ਬਣੇਗਾ 1871 ਵਿੱਚ 파르ਤਪੁਰਾ ਤਤਵ ਸਰਵੇਖਣ ਦੇ ਪਹਿਲੇ ਡਾਇਰੈਕਟਰ ਜੰਨਾ ਕੌਣ ਸਨ ਤਾਂ ਇਹ ਸਨ ਅਲੈਗਜ਼ੈਂਡਰ ਕਨਿੰਗਮ ਸੀ ਬਿਲਕੁਲ ਸਹੀ ਆਨਸਰ ਬਣੇਗਾ 8 ਲਿਕਾਂ ਵਿੱਚੋਂ ਸਰ ਚਾਰਲਸ ਬੁੱਟਰੇ ਨੇ ਕਿਹੜੇ ਸਾਲ ਵਿਧਿਕ ਡਰਾਫਟ ਤਿਆਰ ਕੀਤਾ ਸੀ 1854 ਦੇ ਵਿੱਚ ਬੀ ਬਿਲਕੁਲ ਸਹੀ ਆਨਸਰ ਬਣੇਗਾ ਹਰਸ਼ਵਰਧਨ ਦਾ ਦਰਬਾਰ ਕਵੀ ਕੌਣ ਸੀ ਇਹ ਬਿਲਕੁਲ ਸਹੀ ਆਨਸਰ ਬਣੇਗਾ ਬਾਂਡ ਪੱਟ ਹੇਟ ਦਿੱਤੇ ਵਿੱਚੋਂ ਕਿਹੜਾ ਬੁੱਧ ਧੰਮ ਦਾ ਚੱਕ ਪਵਤਰਾ ਸੀਗਾ ਤਾਂ ਬੀ ਬਿਲਕੁਲ ਸਹੀ ਆਨਸਰ ਬਣੇਗਾ ਸ਼ਾਹੀ ਮੈਲ ਦਾ ਤਿਆਗ ਬੀ ਕਰੈਕਟ ਆਨਸਰ ਬਣੇਗਾ गोपत्त काल ਦੇ ਦੌਰਾਨ ਲੋਕ ਕਰਕਾ ਕਿਸ ਦੇਵਤੇ ਨੂੰ ਕਿਹਾ ਜਾਂਦਾ ਸੀ ਤਾਂ ਆਨਸਰ ਬਣੇਗਾ ਸੂਰਜ ਡੀ ਬਿਲਕੁਲ ਸਹੀ ਆਨਸਰ ਬਣੇਗਾ ਜੀ ਤੋੜ ਤੇ ਜਿੱਤਣ ਵਾਲਾ ਪਹਿਲਾ ਮੁ슬림 ਸ਼ਾਸਕ ਕੌਣ ਸੀਗਾ ਤਾਂ ਆਨਸਰ ਬਣੇਗਾ ਮੁਹੰਮਦ ਬਿਨ ਤੁਗਲਕ ਡੀ ਬਿਲਕੁਲ ਸਹੀ ਆਨਸਰ ਬਣੇਗਾ ਸਰੋਕੋਟੜਾ ਦੀ ਇੰਡਸ ਘਾਟੀ ਦੀ ਖੋਜ ਕਿਸ ਨੇ ਕੀਤੀ ਹੈ ਜੇਪੀ ਜੋਸ਼ਨੀ ਕੀਤੀ ਹੈ ਬੀ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ 1917 ਵਿੱਚ ਗਾਂਧੀ ਜੀ ਜੰਪਾਰਨ ਵਿੱਚ ਕਿਸਾਨਾਂ ਦੀ ਮਦਦ ਕਰਨ ਗਏ ਉਹਨਾਂ ਨਾਲ ਉਸ ਸਮੇਂ ਕਈ ਅਹਿਮ ਆਗੂ ਵੀ ਸਨ ਏਡ ਲਿਖਿਆਂ ਵਿੱਚ ਕੌਣ ਮਜੂਦ ਸੀ ਤਾਂ ਡਾਕਟਰ ਰਜਿੰਦਰ ਪ੍ਰਸ਼ਾਦ ਹਨ ਬੀ ਬਿਲਕੁਲ ਸਹੀ ਆਨਸਰ ਬਣੇਗਾ ਚਾਹ ਦੇ ਦੁਆਬ ਵਿੱਚ ਕਿਹੜੀਆਂ ਤੋੜ ਲੰਦੀਆਂ ਸ਼ਾਮਿਲ ਹਨ ਤਾਂ ਆਨਸਰ ਬਣੇਗਾ ਜਨਾਬ ਅਤੇ ਜੇਲਮ ਸੀ ਬਿਲਕੁਲ ਸਹੀ ਆਨਸਰ ਬਣੇਗਾ ਇੰਡੀਅਨ نیشنل ਕਾਂਗਰਸ ਨੇ ਡੈਸ਼ ਵਿਖੇ ਆਪਣੇ ਪਹਿਲੇ ਸੌਰੀ ਆਪਣੇ ਸੈਸ਼ਨ ਵਿੱਚ ਪੂਰਨ ਸੁਤੰਤਰਤਾ ਦਾ ਆਪਣਾ ਟੀਚਾ ਕੋਸ਼ਿਸ਼ ਕੀਤਾ ਸੀ ਲਾਹੌਰ ਦੇ ਸੈਸ਼ਨ ਵਿੱਚ 1929 ਵਿੱਚ ਸੀ ਬਿਲਕੁਲ ਸਹੀ ਆਨਸਰ ਬਣੇਗਾ सिंधु घाटी दी सभ्यता ਦਾ ਸਥਾਨ ਕਾਲੀ ਮੰਗਾ ਕਿੱਥੇ ਹੈ Rajasthan ਦੇ ਵਿੱਚ ਸੀ கரਕਟ ਆਨਸਰ ਬਣੇਗਾ ਮਹਾਤਮਾ ਗਾਂਧੀ ਦੁਆਰਾ ਸ਼ੁਰੂ ਕੀਤੀ ਮੈਗਜ਼ੀਨ ਦਾ ਨਾਮ ਕੀ ਹੈ ਆਨਸਰ ਬਣੇਗਾ ਹਰੀ ਜਨਕ B ਬਿਲਕੁਲ ਸਹੀ ਆਨਸਰ ਬਣੇਗਾ ਜਹਾਂਗੀਰ ਦੇ ਸਮੇਂ ਕਿਹੜਾ ਯੂਰਪੀ ਯਾਤਰੀ ਆਇਆ ਸੀਗਾ ਤਾਂ ਥਾਮਸ ਰੋ ਆਇਆ ਸੀ C ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ C ਪਾਣੀਪਤ ਦੀ ਦੂਜੀ ਲੜਾਈ ਵਿੱਚ ਅਕਬਰ ਵਿਰੁੱਧ ਕੌਣ ਲੜਿਆ ਸੀ ਹਿੰਮੂ ਲੜਿਆ ਸੀ C ਬਿਲਕੁਲ ਸਹੀ ਆਨਸਰ ਬਣੇਗਾ ਕਿਸ ਨੇ ਆਦੀ ਬਰਾਹਾ ਦਾ ਕਿਤਾਬ ਅਪਣਾਇਆ ਸੀ ਤਾਂ ਮਿਹਰ ਮਿਹਰਪੋਚ ਨੇ ਅਪਣਾਇਆ ਸੀ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਕਿਸ ਸਾਲ ਬ੍ਰਿਟਿਸ਼ ਨੇ ਪੰਜਾਬ ਨੂੰ ਮਲਾਇਆ ਸੀ 1859 ਦੇ ਵਿੱਚ ਬੀ ਬਿਲਕੁਲ ਸਹੀ ਆਨਸਰ ਬਣੇਗਾ ਰਾਤਾਨੀ ਆਗਰਾ ਤੋਂ ਦਿੱਲੀ ਕਿਸ ਮੁਗਲ ਬਾਦਸ਼ਾਹ ਨੇ ਕੀਤੀ ਸੀ ਤਾਂ ਸ਼ਾਹਜਹਾਨ ਨੇ ਕੀਤੀ ਸੀ ਏ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਕਿਸ ਗੁਰੂ ਦਾ ਮੂਲ ਨਾਮ ਤਿਆਗ ਮਾਨ ਸੀ ਤਾਂ ਆਨਸਰ ਬਣੇਗਾ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਸੀ ਬਿਲਕੁਲ ਸਹੀ ਆਨਸਰ ਬਣੇਗਾ ਗੋਬਿੰਦਰਾ 3 ਤੋਂ ਬਾਅਦ ਕੌਣ ਸੀਗਾ ਤਾਂ ਇਹ ਬਣੇਗਾ अमो, अमोग अमोग वर्षा ठीक है बी बिल्कुल सही आंसर बनेगा अशोकन ਦੇ ਕਿਹੜੇ ਫਰਮਾਨ ਨੂੰ ਰਾਣੀ ਦੇ ਫਰਮਾਨ ਵਜੋਂ ਜਾਣਿਆ ਜਾਂਦਾ ਹੈ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ ਬੀ یعنی ਕਿ ਛੋਟੇ ਤੰਬ ਦਾ ਹੁਕਮ ਨੰਬਰ 3 ਹਿਟਲਰ ਲੀਗ ਆਫ ਨੇਸ਼ਨਸ ਤੋਂ ਕਦੋਂ ਹਟ ਗਿਆ ਸੀ ਤਾਂ 1933 ਦੇ ਵਿੱਚ ਹਟ ਗਿਆ ਸੀ ਇਹ ਬਿਲਕੁਲ ਸਹੀ ਆਨਸਰ ਬਣੇਗਾ 1760 ਤੋਂ 1763 ਤੱਕ ਬੰਗਾਲ ਦਾ ਨਵਾਬ ਸੀਗਾ ਮੀਰ ਕਾਸਿਮ ਬੀ ਬਿਲਕੁਲ ਸਹੀ ਆਨਸਰ ਬਣੇਗਾ ਬ੍ਰਹਮੋ ਸਮਾਜ ਡੈਸ਼ ਵਿੱਚ ਸਥਾਪਿਤ ਕੀਤਾ ਗਿਆ 1828 ਦੇ ਵਿੱਚ ਇਹ ਬਿਲਕੁਲ ਸਹੀ ਆਨਸਰ ਬਣੇਗਾ ਕਿਹੜੀ ਰਿਗਵੇਦਿਕ ਨਦੀ ਨੂੰ ਰਾਵੀ ਕਿਹਾ ਜਾਂਦਾ ਹੈ ਤਾਂ ਪ੍ਰੋਸ਼ਨੀ ਨੂੰ ਕਿਹਾ ਜਾਂਦਾ ਹੈ ਡੀ ਬਿਲਕੁਲ ਸਹੀ ਆਨਸਰ ਬਣੇਗਾ ਮਾਰਟਿਨ ਥੂਰ ਕਿਹੜੇ ਦੇਸ਼ ਦਾ ਸੀ ਜਰਮਨੀ ਦਾ ਸੀਗਾ ਸੀ ਬਿਲਕੁਲ ਸਹੀ ਆਨਸਰ ਬਣੇਗਾ ਤਾਰੀਖੇ ਫਰੋਸ਼ਾਈ ਕਿਸ ਨੇ ਲਿਖੀ ਹੈ ਬਰੂਨੀ ਨੇ ਲਿਖੀ ਹੈ ਸੀ ਕਰੈਕਟ ਆਨਸਰ ਬਣੇਗਾ ਗੁਸਤਾਪੋ ਕੀ ਹੈ ਗੁਸਤਾਪੋ ਹੈਗੀ ਹੈ ਨਾਜੀ ਜਰਮਨੀ ਦੀ ਅਧਿਕਾਰਤ ਗੁਪਤ ਪੁਲਿਸ ਠੀਕ ਹੈ ਡੀ ਕਰੈਕਟ ਆਨਸਰ ਬਣੇਗਾ ਰਾਜਾ ਰਾਜਾ ਵਨ ਕੀ ਸਖਾਣ ਦਾ ਨਾਲ ਸੰਬੰਧ ਸੀਗਾ ਤਾਂ ਇਹ ਚੋਲਾ ਦੇ ਨਾਲ ਸੰਬੰਧ ਸੀ ਇਹ கரੈਕਟ ਆਨਸਰ ਬਣੇਗਾ 1857 ਦੀ ਬਗਾਵਤ ਦੌਰਾਨ ਲਖਨਊ ਦਾ ਸ਼ਾਸਕ ਕੌਣ ਸੀਗਾ ਤਾਂ ਆਨਸਰ ਬਣੇਗਾ ਬੇਗਮ ਹਜਰਤ ਮਹਾਲ ਇਹ கரੈਕਟ ਆਨਸਰ ਬਣੇਗਾ ਸ਼ਾਤੰਬਰੀ ਦੀ ਚੋਹਾਨ ਰਾਜਵੰਸ਼ ਦਾ ਸਥਾਪਕ ਕੌਣ ਸੀਗਾ ਤਾਂ ਆਨਸਰ ਬਣੇਗਾ ਵਾਸੂਦੇਵ ਇਹ கரੈਕਟ ਆਨਸਰ ਬਣੇਗਾ ਆਪਸ਼ਨ ਨੰਬਰ ਏ ਵਾਸੂਦੇਵ ਚੰਦਰਗੁਪਤ ਮੌਰਿਆ ਦੇ ਦਰਬਾਰ ਵਿੱਚ ਮੈਕਸਥਨੀਜ ਕਿਸ ਦਾ ਰਾਜਨੂਤ ਸੀਗਾ ਤਾਂ ਇਹ கரੈਕਟ ਆਨਸਰ ਬਣੇਗਾ ਸੈਲਕਿਉਸ 1 ਨਿਕੇਟਰ ਰਿਗਵੈਦਿਕ ਭਾਰਤਾ ਕਬੀਲੇ ਦੇ ਉਸ ਮੁਖੀ ਦਾ ਨਾਮ ਦੱਸੋ ਜਿਸ ਨੇ 10 ਕਬੀਲਿਆਂ ਦੇ ਸੰਗ ਵਿਰੁੱਧ ਲੜਾਈ ਕੀਤੀ ਸੀ ਤਾਂ ਆਨਸਰ ਬਣੇਗਾ ਸੁਦਾਸ ਵੀ ਬਿਲਕੁਲ ਸਹੀ ਆਨਸਰ ਬਣੇਗਾ ਨੈਵੀਗੇਟਰ ਪ੍ਰਿੰਸ ਹੈਨਰੀ ਕਿਹੜੇ ਦੇਸ਼ ਦਾ ਸੀਗਾ ਪੁਰਤਗਾਲ ਦਾ ਸੀ ਸੀ ਕਰੈਕਟ ਆਨਸਰ ਬਣੇਗਾ ਸੁਆਮੀ ਵਿਰਜਾਨੰਦ ਡੈਸ਼ ਨਾਲ ਜੁੜੇ ਹੋਏ ਸਨ ਤਾਂ ਆਨਸਰ ਬਣੇਗਾ ਦਇਆਨੰਦ ਸਰਸਵਤੀ ਤਾਂ ਇਹਦਾ ਕਰੈਕਟ ਆਨਸਰ ਬਣੇਗਾ ਆਪਸ਼ਨ ਨੰਬਰ ਡੀ Swami Dayanand Saraswati ਮੋਦਰਾ ਰੱਖਸ਼ਾ ਕੇਸ ਨੇ ਲਿਖੀਆ ਵਿਸ਼ਾਖਾ ਦਾਤ ਨੇ ਲਿਖੀਆ ਇਹ ਬਿਲਕੁਲ ਸਹੀ ਆਨਸਰ ਬਣੇਗਾ ਮੌਰੀਆ ਰਾਜਵੰਸ਼ ਦਾ ਪਹਿਲਾ ਸ਼ਾਸਕ ਕੌਣ ਸੀਗਾ ਤਾਂ ਬ੍ਰਿਦਰਥ ਸੀਗਾ ਸੀ ਕਰੈਕਟ ਆਨਸਰ ਬਣੇਗਾ ਉਸ ਪਾਸ ਦਾ ਨਾਮ ਦੱਸੋ ਜੋ ਕਾਬਲ ਨੂੰ ਪਸ਼ਾਵਰ ਨਾਲ ਜੋੜਦਾ ਹੈ ਤਾਂ ਖੈਬਰ ਸੀਗਾ ਡੀ ਕਰੈਕਟ ਆਨਸਰ ਬਣੇਗਾ ਗੋਇੰਦਵਾਲ ਵਿਖੇ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਵਾਲੇ ਮੋਗਲ ਬਾਸ਼ਾ ਦਾ ਨਾਮ ਕਿ ਸੀਗਾ ਹਮਾਇੂ ਸੀਗਾ ਬੀ கரੈਕਟ ਆਨਸਰ ਬਣੇਗਾ ਤਰਾਇਨ ਦੀ ਜਿਹੜੀ ਪਹਿਲੀ ਜਗ੍ਹਾ ਪਹਿਲੀ ਜੰਗ ਕਿੱਥੇ ਹੋਈ ਸੀ ਇਹ ਹੋਈ ਸੀ ਤਰਵਾੜੀ ਵਿੱਚ ਬੀ ਬਿਲਕੁਲ ਸਹੀ ਆਨਸਰ ਬਣੇਗਾ 8 ਲਿਖਿਆ ਵਿੱਚ ਕਿ ਸਪਾਸ਼ਾ ਵਿੱਚ ਕ੍ਰਿਸ਼ਨ ਦੇਵਰਾਇਆ ਨੇ ਅਮੁਕਤਾ ਮਨਿਆਦਾ ਲਿਖਿਆ ਸੀ ਤਾਂ ਇਹ ਤਲਗੂ ਲੈਂਗੁਏਜ ਸੀਗੀ ਬੀ கரੈਕਟ ਆਨਸਰ ਬਣੇਗਾ ਨੈਕਸਟ ਦਾ ਬੁੱਕ ਆਫ ਦਾ ਕੋਰਟিয়ার ਦਾ ਲੇਖਕ ਕੌਣ ਹੈ ਤਾਂ ਆਨਸਰ ਬਣੇਗਾ অপਸ਼ਨ ਨੰਬਰ ਏ ਯਾਨੀ ਕਿ ਕਾਊਂਟ ਬਰਡੇਸਰ ਕਾਸਟੀ ਗਲੀਓਨ ਠੀਕ ਹੈ ਨਾਮ ਥੋੜਾ ਡਿਫਿਕਲਟ ਹੈ ਇਹ ਕਰੈਕਟ ਆਨਸਰ ਬਣੇਗਾ ਨੈਕਸਟ 1857 ਦੀ ਭਾਰਤ ਬਗਾਵਤ ਦੌਰਾਨ ਭਾਰਤ ਦਾ ਗਵਰਨਰ ਜਨਰਲ ਕੌਣ ਸੀਗਾ ਤਾਂ ਲਾਰਡ ਕੈਨਿੰਗ ਸੀ ਬੀ ਬਿਲਕੁਲ ਸਹੀ ਆਨਸਰ ਬਣੇਗਾ ਨਿਆਸ ਉੱਤਰ ਦਾ ਲੇਖਕ ਕੌਣ ਹੈ ਤਾਂ ਇਹਦਾ ਸੀਗਾ ਗੌਤਮ ਇਹ ਕਰੈਕਟ ਆਨਸਰ ਬਣੇਗਾ ਸੁਭਾਸ਼ ਚੰਦਰ ਬੋਸ ਦੇ ਰਾਜਨੀਤਿਕ ਗੁਰੂ ਕੌਣ ਸਨ ਤਾਂ ਆਨਸਰ ਬਣੇਗਾ ਦੇਸ਼ ਬੰਦੂ ਚਿਤਰੰਜਨ ਦਾਸ ਇਹ ਬਿਲਕੁਲ ਸਹੀ ਆਨਸਰ ਬਣੇਗਾ ਜਮੀਨੀ ਰਸਤੇ ਰਾਹੀਂ ਭਾਰਤ ਪਹੁੰਚਣ ਵਾਲਾ ਪਹਿਲਾ ਬ੍ਰਿਟਿਸ਼ ਯਾਤਰੀ ਸੀਗਾ ਆਪਸ਼ਨ ਨੰਬਰ ਏ ਯਾਨੀ ਕਿ ਜੌਨ ਮਿਲਡਨ ਹਾਲ ਇਹ ਕਰੈਕਟ ਆਨਸਰ ਬਣੇਗਾ ਪੂਨਾ ਦੇ ਸੱਤਿਆ ਸ਼ੋਧਕ ਸਮਾਜ ਦੀ ਸਥਾਪਨਾ ਕੀਤੀ ਸੀ ਜੋਤੀਬਾ ਫੂਲੇ ਨੇ ਡੀ ਕਰੈਕਟ ਆਨਸਰ ਬਣੇਗਾ ਅਸ਼ਟਾਧਿਆਈ ਲਿਖੀ ਹੈ ਪਾਰਣੀ ਨੇ ਡੀ ਕਰੈਕਟ ਆਨਸਰ ਬਣੇਗਾ ਐਣੀ ਬੇਸੰਤ ਦੁਆਰਾ ਸਥਾਪਿਤ ਕੇਂਦਰੀ Hindu ਕਾਲਜ ਜੋ ਬਾਅਦ ਵਿੱਚ ਭਾਰਤ ਵਿੱਚ ਸਭ ਤੋਂ ਮਸ਼ਹੂਰ ਯੂਨੀਵਰਸਿਟੀਆਂ ਵਿੱਚੋਂ ਇੱਕ ਬਣ ਗਿਆ ਉਸ ਦਾ ਨਾਮ ਸੀਗਾ ਬਨਾਰਸ Hindu ਯੂਨੀਵਰਸਿਟੀ ਸੀ கரெક્ટ ਆਨਸਰ ਬਣੇਗਾ ਕਸ਼ਮੀਰ ਦੀ ਉਤਪਨ ਰਾਜਵੰਸ਼ ਦਾ ਸਥਾਪਕ ਕੌਣ ਸੀਗਾ ਤਾਂ ਆਨਸਰ ਬਣੇਗਾ ਅਵੰਤੀ ਵਰਮਣ ਏ கரெક્ટ ਆਨਸਰ ਬਣੇਗਾ ਠੀਕ ਹੈ ਖਾਨਵਾਦੀ جنگ ਜਿਹੜੀ 1527 ਵਿੱਚ ਹੁੰਦੀ ਆ ਬੀ ਬਿਲਕੁਲ ਸਹੀ ਆਨਸਰ ਬਣੇਗਾ ਹੜੱਪਾ ਵਿੱਚ ਜ਼ਿਆਦਾਤਰ ਸਿਲਾ ਡੈਸ਼ ਪਈਆਂ ਗਈਆਂ ਤਾਂ ਆਨਸਰ ਬਣੇਗਾ ਵਰਗਾਕਾਰ ਬੀ ਬਿਲਕੁਲ ਸਹੀ ਆਨਸਰ ਬਣੇਗਾ ਹੇਠ ਦਿੱਤੇ ਵਿੱਚੋਂ ਕਿਹੜਾ ਤੀਜਾ ਤੀਰਥੰਕਰ ਸੀ ਤਾਂ ਉਹ ਸੀਗਾ ਸੰਭਵਨਾਥ ਡੀ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਹਿਰੋਸ਼ੀਮਾ ਵਿੱਚ 6 ਅਗਸਤ 1945 ਨੂੰ ਕਿਹੜਾ ਬੰਬ ਸੁੱਟਿਆ ਗਿਆ ਸੀ ਉਸ ਦਾ ਕੋਡ ਦਾ ਨਾਂ ਕੀ ਸੀ ਲिटल ਬੋਏ ਤਾਂ ਇਹ ਬਿਲਕੁਲ ਸਹੀ ਆਨਸਰ ਬਣੇਗਾ ਦਿੱਲੀ ਚਲੋ ਦਾ ਨਾਰਾ ਦਿੱਤਾ ਸੀ ਸੁਭਾਸ਼ ਚੰਦਰ ਬੋਸ ਨੇ ਇਹ ਇੱਥੇ கரੈਕਟ ਆਨਸਰ ਬਣ ਜਾਵੇਗਾ ਨੈਕਸਟ ਆਪਣੇ ਕੋਲ ਕੁਸ਼ਣ ਹੈ ਦਾ ਐਕਟਿਕ ਹੋਮ ਇਨ ਦਾ ਵੇ ਦਾ ਲੇਖ ਕੌਣ ਹੈ ਤਾਂ ਇਹ ਸੀਗਾ ਲੋਕਮਾਨਿਆ ਬਾਲ ਗੰਗਾਧਰ ਤਿਲਕ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ A ਵੀਡੀਓ ਦਾ ਲਾਸਟ ਕੁਸ਼ਣ ਦੇਖਦੇ ਹਾਂ ਸਣੀ ਦਾਤਾ ਡੈਸ਼ ਦਾ ਹਵਾਲਾ ਦਿੰਦਾ ਹੈ ਤਾਂ ਆਨਸਰ ਬਣੇਗਾ ਖਜ਼ਾਨਚੀ ਇਹ ਬਿਲਕੁਲ ਸਹੀ ਜੀ ਆਨਸਰ ਬੰਦਾ ਸੀ ਖਜ਼ਾਨਚੀ ਇਹ கரੈਕਟ ਆਨਸਰ ਬਣ ਕੇ ਜਾਵੇਗਾ ਤਾਂ ਇਸ ਵੀਡੀਓ ਵਿੱਚ ਆਪਾਂ ਹਿਸਟਰੀ ਦੇ 75 ਕੁਐਸਚਨ ਕਵਰ ਕੀਤੇ ਹਨ ਵੈਸੇ ਮੈਂ ਪੋਲੀਟੀਕਲ ਦੀ ਵੀ ਆਨਸਰ ਕੀ ਅਪਲੋਡ ਕੀਤੀ ਸੀ ਬਟ ਉਹਦੇ ਵਿੱਚ ਕੁਝ ਮਿਸਟੇਕ ਹਨ ਫਿਰ ਆਪਾਂ ਦੁਬਾਰਾ ਤੋਂ ਅਪਲੋਡ ਕਰਾਂਗੇ ਪੋਲੀਟੀਕਲ ਦੀ ਆਨਸਰ ਕੀ ਤਾਂ ਉਸ ਨੂੰ ਤੁਸੀਂ ਚੈੱਕ ਕਰਕੇ ਆਪਣੇ ਜਿਹੜੇ ਮਾਰਕਸ ਹਨ ਉਹ ਫਾਈਂਡ ਕਰ ਸਕਦੇ ਹੋ ਬਟ ਮੈਂ ਸਾਰੇ ਵਿਦਿਆਰਥੀਆਂ ਨੂੰ ਇਹੀ ਕਹਿਣਾ ਚਾਹਣਾ ਚਾਹਣਾ ਚਾਹੇ ਤੁਸੀਂ ਮੇਰੇ ਚੈਨਲ ਨੂੰ ਫੋਲੋ ਕਰ ਲਓ ਚਾਹੇ ਕਿਸੇ ਹੋਰ ਚੈਨਲ ਨੂੰ ਫੋਲੋ ਕਰ ਲਓ ਬਟ ਇੱਕ ਟੀਚਰ ਦੀ ਜਿਹੜੀ ਆਨਸਰ ਕੀ ਆ ਤੁਸੀਂ ਦੇਖਣੀ ਆ ਉਸ ਤੋਂ ਬਾਅਦ ਡਾਇਰੈਕਟ ਤੁਸੀਂ ਫਾਈਨਲ ਆਨਸਰ ਕੀ ਚੈੱਕ ਕਰਨੀ ਆ ਠੀਕ ਹੈ ਪਹਿਲੀ ਗੱਲ ਇੱਕ ਟੀਚਰ ਨੂੰ ਤੁਸੀਂ ਫੋਲੋ ਕਰਨਾ ਹੈ ਉਸ ਤੋਂ ਬਾਅਦ ਡਾਇਰੈਕਟ ਤੁਸੀਂ ਫਾਈਨਲ ਆਨਸਰ ਕੀ ਚੈੱਕ ਕਰਨੀ ਆ ਤਾਂ ਉਹ ਤੁਸੀਂ ਆਪਣੇ ਜਿਹੜੇ ਮਾਰਕਸ ਹਨ ਉਹ ਬਣਾ ਸਕਦੇ ਹੋ ਠੀਕ ਹੈ ਇਹਦੇ ਵਿੱਚ ਆਪਾਂ 75 ਕੁਸ਼ਚਨ ਕਵਰ ਕੀਤੇ ਹਨ ਹਿਸਟਰੀ ਦੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ ਕਿ ਤੁਹਾਡੇ 75 ਵਿੱਚੋਂ ਕਿੰਨੇ ਕੁਸ਼ਾਂ ਦੇ ਆਨਸਰ ਜਿਹੜੇ ਹਨ ਬਿਲਕੁਲ ਸਹੀ ਗਏ ਹਨ ਇਹ ਜਿਹੜੀ ਆਨਸਰ ਕੀ ਹੈ 90% ਜਿਹੜੀ ਆਨਸਰ ਕੀ ਬਿਲਕੁਲ ਸਹੀ ਰਹੇਗੀ ਠੀਕ ਹੈ 1% ਮਿਸਟੇਕ ਹੋ ਸਕਦੀ ਹੈ ਇਹਦੇ ਵਿੱਚ ਬਾਕੀ 90% ਆਨਸਰ ਕੀ ਬਿਲਕੁਲ ਸਹੀ ਹੈ ਕੁਝ ਕੁਸ਼ਚਨ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਆਨਸਰ ਫਾਈਂਡ ਕਰਨੇ ਓਕੇ ਹੋ ਜਾਂਦੇ ਹਨ ਸੋ ਉਹਨਾਂ ਦੀ ਆਪ ਨੂੰ ਗ੍ਰੇਸ ਵੀ ਮਿਲ ਸਕਦੀ ਹੈ ਪੇਪਰ ਦੇ ਵਿੱਚ ਪੋਲੀਟੀਕਲ ਦੇ ਤਿੰਨ ਚਾਰ ਕੁਸ਼ਨ ਸੀਗੇ ਜਿਨ੍ਹਾਂ ਵਿੱਚ ਗ੍ਰੇਸ ਮਿਲਣ ਦੀ ਪੌਸਿਬਿਲਿਟੀ ਰਹਿ ਸਕਦੀ ਹੈ ਠੀਕ ਹੈ ਸੋ ਉਮੀਦ ਕਰਦਾ ਕਿ ਤੁਹਾਨੂੰ ਸਾਰੀ ਜਾਣਕਾਰੀ ਸਮਝ ਲੱਗ ਗਈ ਹੋਵੇਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਐਂਡ ਕਮੈਂਟ ਬਾਕਸ ਵਿੱਚ ਤੁਸੀਂ ਜਰੂਰ ਦੱਸਣਾ ਕਿ ਤੁਹਾਡੇ 75 ਦੇ ਵਿੱਚੋਂ ਕਿੰਨੇ ਕੁਸ਼ਨਾਂ ਦੇ ਆਨਸਰ ਜਿਹੜੇ ਹਨ ਪਿਲਕੁੜ ਸਹੀ ਗਏ ਹਨ ਬਹੁਤ ਸਾਰੇ ਵਿਦਿਆਰਥੀ ਹੁਣ ਇਹੀ ਕਨਫਿਊਜ਼ ਵਿੱਚ ਹਨ ਕਿ ਜਿਹੜੀ ਇਹਦੀ ਫਾਈਨਲ ਮੈਰਿਟ ਹੈ ਉਹ ਕਿੰਨੀ ਜਾ ਸਕਦੀ ਹੈ ਠੀਕ ਹੈ ਇਹਦੇ ਬਾਰੇ ਅਜੇ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਕਿ ਫਾਈਨਲ ਮੈਰਿਟ ਕਿੰਨੀ ਜਾਵੇਗੀ ਪੇਪਰ ਨੂੰ ਚੰਗੀ ਤਰ੍ਹਾਂ ਐਨਾਲਾਈਸਿਸ ਕਰਨਾ ਪਵੇਗਾ ਉਹਦੇ ਵਿੱਚ ਇਹ ਫਾਈਂਡ ਕਰਨਾ ਪਵੇਗਾ ਕਿ ਕਿੰਨੇ ਕੁਸ਼ਨ ਜਿਹੜੇ ਸਨ ਉਹ ਸਿੰਪਲ ਪੁੱਛੇ ਗਏ ਸੀ ਠੀਕ ਹੈ ਐਡ ਕਿੰਨੇ ਕੁਸ਼ਨ ਉਹ ਸਨ ਜਿਹੜੇ ਕਿਸੇ ਵੀ ਵਿਦਿਆਰਥੀ ਨੂੰ ਨਹੀਂ ਆਉਂਦੇ ਸੀ ਵੈਸੇ ਤਾਂ ਜਿਹੜੇ ਵਿਦਿਆਰਥੀ ਨੇ ਥਿਊਰੀ ਤਾਂ ਧਿਆਨ ਨਾਲ ਪੜ੍ਹੀ ਹੋਵੇ ਮੈਂ ਸਾਰੇ ਵਿਦਿਆਰਥੀਆਂ ਨੂੰ ਇਹੀ ਕਹਿੰਦਾ ਸੀ ਕਿ 6ਵੀਂ ਤੋਂ ਲੈ ਕੇ 10ਵੀਂ ਤੱਕ ਦੀਆਂ ਜਿੰਨੀਆਂ ਵੀ ਬੁੱਕਸ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਪੜੋ ਥਿਉਰੀ ਚੰਗੀ ਤਰ੍ਹਾਂ ਪੜੋ ਕਨਸੈਪਟ ਦੇਖੋ ਤਾਂ ਉਹਨਾਂ ਦੇ ਵਿੱਚੋਂ ਹੀ ਪੇਪਰ ਬਣਦਾ ਹੈ ਇਹ ਨਹੀਂ ਹੁੰਦਾ ਕਿ ਸਿਲੇਬਸ ਤੋਂ ਬਾਹਰ ਪੇਪਰ ਆ ਜਾਵੇ ਸਿਲੇਬਸ ਦੇ ਵਿੱਚੋਂ ਹੀ ਪੇਪਰ ਆਉਂਦਾ ਹੈ ਬਟ ਕੀ ਹੁੰਦਾ ਜਿਹੜੇ ਵਿਦਿਆਰਥੀ ਨੇ ਥਿਉਰੀ ਧਿਆਨ ਨਾਲ ਪੜ੍ਹੀ ਹੁੰਦੀ ਹੈ ਤਾਂ ਉਹ ਵਿਦਿਆਰਥੀ ਆਸਾਨੀ ਨਾਲ ਪੇਪਰ ਜਿਹੜਾ ਕਰੈਕ ਕਰ ਸਕਦਾ ਹੈ ਠੀਕ ਹੈ ਬਟ ਜਿਹੜੇ ਵਿਦਿਆਰਥੀ ਕਾਫੀ ਲੰਬੇ ਸਮੇਂ ਤੋਂ ਤਿਆਰੀ ਕਰ ਰਹੇ ਹੈ ਬੁੱਕਸ ਚੰਗੀ ਤਰ੍ਹਾਂ ਨੇ ਦੇਖੀਆਂ ਤਾਂ ਉਹਦੇ ਲਈ ਪੇਪਰ ਸਿੰਪਲ ਸੀਗਾ ਪੇਪਰ ਆਪਾਂ ਡਿਫਿਕਲਟ ਉਹਦੇ ਵਾਸਤੇ ਨਹੀਂ ਕਹਿ ਸਕਦੇ ਬਟ ਜਿਹੜੇ ਵਿਦਿਆਰਥੀ ਨੇ ਨਵੀਂ-ਨਵੀਂ ਤਿਆਰੀ ਸ਼ੁਰੂ ਕੀਤੀ ਹੈ ਉਹ ਬਟ ਆਪਾਂ ਜੇਕਰ ਗੱਲ ਕਰੀਏ ਮੋਡਰੇਟ ਟੂ ਡਿਫਿਕਲਟ ਪੇਪਰ ਦਾ ਲੈਵਲ ਸੀਗਾ ਇਹਦੀ ਮੈਰਿਟ ਕਾਫੀ ਡਾਊਨ ਰਹੇਗੀ ਇਹ ਕਨਫਰਮ ਹੈ ਠੀਕ ਹੈ ਬਟ ਜਿਹੜੇ ਵਿਦਿਆਰਥੀ ਨੇ ਤਿਆਰੀ ਵਧੀਆ ਤਰੀਕੇ ਨਾਲ ਕੀਤੀ ਵੀ ਸੀ ਉਹਦੇ ਲਈ ਪੇਪਰ ਜੇਕਰ ਡਿਫਿਕਲਟ ਆਇਆ ਤਾਂ ਉਹਦੇ ਲਈ ਬਹੁਤ ਵਧੀਆ ਗੱਲ ਹੈ ਬਟ ਜਿਹੜੇ ਵਿਦਿਆਰਥੀ ਤਿਆਰੀ ਨਹੀਂ ਕੀਤੀ ਵੀ ਸੀ ਤਾਂ ਉਹਦੇ ਲਈ ਪੇਪਰ ਚੰਗਾ ਨਹੀਂ ਸੀਗਾ ਠੀਕ ਹੈ ਤਾਂ ਹੁਣ ਆਪਾਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ